ਸਭ ਤੋਂ ਵੱਡਾ ਅੱਜ ਬੀਪੀ ਦੀ ਸਮੱਸਿਆ ਨਾਲ ਸਾਡਾ ਘਰ-ਘਰ ਹੀ ਯੂਜ਼ ਰਿਹਾ ਹੈ ਘਰ-ਘਰ ਬਿਲਕੁਲ ਤਾਂ ਕੋਲੇਸਟ੍ਰੋਲ ਹਾਂਜੀ ਜਿਹਦਾ ਅੱਗੇ ਡਾਕਟਰਾਂ ਮੁਤਾਬਕ ਅੱਗੇ ਕਾਰਨ ਬਣ ਜਾਂਦੇ ਨੇ ਵੀ ਤੁਸੀਂ ਥੋੜਾ ਕੋਲੇਸਟ੍ਰੋਲ ਵੱਧ ਗਿਆ ਜਿਹਨਾਂ ਨੂੰ ਥੋੜਾ ਮੋਟਾਪਾ ਵੱਧ ਗਿਆ ਜੀ ਥੋੜਾ ਬੀਪੀ ਵੱਧ ਗਿਆ ਜੀ ਤੁਹਾਨੂੰ ਹਾਰਟ ਅਟੈਕ ਆ ਗਿਆ ਤੁਹਾਨੂੰ ਖਾਣ ਦਾ ਤਰੀਕਾ ਜਿਹੜਾ ਹੈ ਕਿਉਂਕਿ ਖਾ ਤਾਂ ਵਰਤ ਤਾਂ ਸਾਰੇ ਰਹੇ ਨੇ ਪਰ ਮੇਰੇ ਖਿਆਲ ਵਿੱਚ ਸਹੀ ਤਰੀਕਾ ਜਿਹੜਾ ਇਹ ਲਸਣ ਨੂੰ ਖਾਣ ਤੋਂ ਬਾਅਦ ਬਹੁਤ ਘਟ ਜਾਂਦੇ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਲਸਣ ਦੇ ਬਾਰੇ ਵਿੱਚ ਜੋ ਅਸੀਂ ਆ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਵਰਤਦੇ ਆ ਪਰ ਕੁਝ ਗੱਲਾਂ ਨੇ ਜਿਹੜਾ ਸਾਨੂੰ ਸਹੀ ਤਰੀਕੇ ਨਾਲ ਲਸਣ ਜਿਹੜਾ ਉਹ ਵਰਤਣਾ ਨਹੀਂ ਆਉਂਦਾ ਤੇ ਇਹਨਾਂ ਦੀ ਸਾਰੀ ਜਿਹੜੀ ਜਾਣਕਾਰੀ ਇਹ ਉਹ ਲੈਣ ਦੇ ਲਈ ਅੱਜ ਸਾਡੇ ਨਾਲ ਨੇ ਜਾਣਕਾਰੀ ਦੇਣ ਦੇ ਲਈ ਬੈਜ ਜੀ ਸ਼੍ਰੀ ਸ਼ਿਵ ਕੁਮਾਰ ਜੀ ਸੂਲਰ ਘਾਟ ਵਾਲੇ ਹਾਂਜੀ ਬੈਜ ਜੀ ਸਤਿ ਸ਼੍ਰੀ ਅਕਾਲ ਜੀ ਬੈਜ ਜੀ ਸਤਿ ਸ੍ਰੀ ਅਕਾਲ ਬੈਜ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਕ ਸਿਹਤ ਨੂੰ ਲੈ ਕੇ ਇੱਕ ਨਵਾਂ ਪ੍ਰਾਲਾ ਕਰ ਰਹੇ ਹੋ ਔਰ ਇਹਦੇ ਨਾਲ ਬਾਈ ਜੀ ਲੋਕਾਂ ਤੱਕ ਇੱਕ ਸਹੀ ਜਾਣਕਾਰੀ ਪਹੁੰਚਾ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਔਰ ਇਹ ਮੁਹਿੰਮ ਦੇ ਵਿੱਚ ਤੁਸੀਂ ਹਿੱਸਾ ਪਾ ਰਹੇ ਹੋ ਯੋਗਦਾਨ ਪਾ ਰਹੇ ਹੋ ਸਿਹਤ ਦੇ ਲਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੇ ਧੰਨਵਾਦ ਜੀ ਤੇ ਅੱਜ ਅੱਡੀ ਜਿਹੜੀ ਜਾਣਕਾਰੀ ਤੁਹਾਡੇ ਤੋਂ ਲੈਣੀ ਹੈ ਜੀ ਆਪਾਂ ਸਾਡੇ ਦਰਸ਼ਕਾਂ ਦੇ ਨਾਲ ਸਾਡੇ ਸਮਾਜਿਕ ਸਮਾਜ ਦੇ ਲੋਕਾਂ ਦੇ ਨਾਲ ਸਾਂਝੀ ਕਰਨੀ ਹੈ ਅੱਜ ਸਾਨੂੰ ਲਸਣ ਦੇ ਬਾਰੇ ਦੱਸੋ ਜੀ ਹਾਂਜੀ ਬਾਈ ਜੀ ਲਸਣ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਦਿਬਿਆ ਔਸ਼ਧੀ ਹੈ ਹਾਂਜੀ ਜਿਹੜੇ ਕਿ ਬਹੁਤ ਹੀ ਪ੍ਰਚੀਨ ਕਾਲ ਤੋਂ ਹਾਂਜੀ ਅ ਇਹ ਸਾਨੂੰ ਇੱਕ ਰਸੋਈ ਦੇ ਮਸਾਲੇ ਦੇ ਰੂਪ ਦੇ ਵਿੱਚ ਸਾਨੂੰ ਇਹ ਸਾਡੇ ਬਜ਼ੁਰਗਾਂ ਨੇ ਸਾਡੇ ਮਹਾਪੁਰਸ਼ਾਂ ਨੇ ਹਾਂਜੀ ਦੇਤਾ ਸੀ ਹਾਂਜੀ ਵੀ ਇਹਨੂੰ ਰੋਜ਼ ਨਾਮਚਾ ਜ਼ਿੰਦਗੀ ਦੇ ਵਿੱਚ ਤੁਸੀਂ ਇਹਨੂੰ ਰੋਜ਼ ਵਰਤੋ ਤੇ ਤਾਂ ਬਿਮਾਰੀਆਂ ਤੋਂ ਸੁਰਖਾਰਾ ਅਹ ਸਾਨੂੰ ਬਿਮਾਰੀ ਆ ਵੀ ਨਾ ਕੋਈ ਦਵਾਈ ਖਾਓ ਹੀ ਨਾ ਬਿਲਕੁਲ ਜੀ ਤੁਹਾਨੂੰ ਖਰਾਕ ਰੂਪੀ ਦੇ ਵਿੱਚ ਸਾਨੂੰ ਬਹੁਤ ਚੀਜ਼ਾਂ ਮਿਲੀਆਂ ਨੇ ਜਿਨ੍ਹਾਂ ਉਹਨਾਂ ਵਿੱਚੋਂ ਇੱਕ ਲਸਣ ਹੈ ਹਾਂਜੀ ਤੇ ਲਸਣ ਦੀਆਂ ਅਹ ਬਹੁਤ ਵਧੀਆ ਕਈ ਵੈਰਾਈਟੀਆਂ ਨੇ ਹਾਂਜੀ ਬਹੁਤ ਵੈਰਾਈਟੀਆਂ ਸਾਨੂੰ ਯੂਨੀਵਰਸਿਟੀ ਵੀ ਦੇ ਰਹੀ ਹੈ ਤੇ ਵੈਸੇ ਵੀ ਸਾਡੀ ਧਰਤੀ ਮੁਤਾਬਕ ਪਾਣੀ ਮੁਤਾਬਕ ਹਰ ਜਗ੍ਹਾ ਜਗ੍ਹਾ ਤੇ ਇੱਕ ਲਸਣ ਸਾਨੂੰ ਅਵੇਲੇਬਲ ਮਿਲਦਾ ਹੈ ਹਾਂਜੀ ਔਰ ਲਸਣ ਦੇਸੀ ਲਸਣ ਤਾਂ ਜਿਵੇਂ ਆਪਾਂ ਨੇ ਆਮ ਸੁਣਿਆ ਜੀ ਵੀ ਜਿਹੜਾ ਆਮ ਇਹ ਆਪਾਂ ਦਿਖਾਉਣਿਆ ਇਹ ਆਮ ਦੇਸੀ ਲਸਣ ਹੈ ਜੀ ਹਾਂਜੀ ਆਮ ਹੁੰਦਾ ਹੀ ਆ ਜੋ ਆਮ ਹਰੇ ਘਰਾਂ ਦੇ ਵਿੱਚ ਆਮ ਜੂਸ ਹੁੰਦਾ ਖੇਤਾ ਜਾਮ ਕਰਾ ਜੋ ਗਾਇ ਜਾਂਦਾ ਹਾਂਜੀ ਹਾਂਜੀ ਤੇ ਇਹ ਆਮ ਆਪਣੀ ਦੇਸੀ ਲਸਣ ਹੁੰਦਾ ਹੈ ਤੇ ਇਹਦੇ ਵੀ ਬਹੁਤ ਜ਼ਿਆਦੇ ਗੁਣ ਨੇ ਹਾਂਜੀ ਤੇ ਜੇ ਅਸੀਂ ਰੋਜ਼ ਨਾਮ ਚਾ ਜ਼ਿੰਦਗੀ ਦੇ ਵਿੱਚ ਖਾਈਏ ਅ ਜਿਵੇਂ ਸਭ ਤੋਂ ਵੱਡਾ ਅੱਜ ਬੀਪੀ ਦਿਸ ਵਸੇ ਨਾਲ ਸਾਡਾ ਘਰ-ਘਰ ਹੀ ਯੂਜ਼ ਰਿਹਾ ਹੈ ਘਰ-ਘਰ ਬਿਲਕੁਲ ਤਾਂ ਕੋਲੇਸਟ੍ਰੋਲ ਹਾਂਜੀ ਜਿਹਦਾ ਅੱਗੇ ਡਾਕਟਰਾਂ ਮੁਤਾਬਕ ਅੱਗੇ ਕਾਰਨ ਬਣ ਜਾਂਦੇ ਨੇ ਵੀ ਤੁਸੀਂ ਥੋੜਾ ਕੋਲੇਸਟ੍ਰੋਲ ਵੱਧ ਗਿਆ ਜਿਹਨਾਂ ਨੂੰ ਥੋੜਾ ਮੋਟਾਪਾ ਵੱਧ ਗਿਆ ਜੀ ਥੋੜਾ ਬੀਪੀ ਵੱਧ ਗਿਆ ਜੀ ਤੁਹਾਨੂੰ ਹਾਰਟ ਅਟੈਕ ਆ ਗਿਆ ਜੀ ਹਾਂਜੀ ਉਹਨੂੰ ਵੇਜੀ ਹੈ ਅ ਸਭ ਤੋਂ ਵੱਡੀ ਦਵਾਈ ਇਹਦੀ ਲਸਣ ਹੈ ਲਸਣ ਜੀ ਜੀ ਤਾਂ ਉਹ ਲਸਣ ਜੇ ਪ੍ਰਚੀਨ ਕਾਲ ਤੋਂ ਸਿਲਾਈਏ ਸਾਡੇ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਗਿਆ ਹੈ ਵੀ ਇਹ ਅਮਰਤ ਦੀ ਬੂੰਦ ਤੋਂ ਤਿਆਰ ਹੋਇਆ ਹੋਇਆ ਜੀ ਜਿਹਦਾ ਅਮਰਤ ਮੰਤਨ ਹੋਇਆ ਸਮੁੰਦਰ ਮੰਤਨ ਹੋਇਆ ਅਮਰਤ ਮਿਲਿਆ ਸਾਨੂੰ ਤਾਂ Hindu ਮਤ ਦੇ ਅਨੁਸਾਰ ਵੀ ਉਦੋਂ ਤੋਂ ਇਹਦੀ ਉਹ ਲਸਣ ਦੇ ਬੂੰਦ ਤੋਂ ਅਮਰਤ ਦੀ ਬੂੰਦ ਤੋਂ ਲਸਣ ਪੈਦਾ ਹੋਇਆ ਜੀ ਇਹ ਸਾਡੇ ਰੇਸ਼ੀਆਂ ਦਾ ਮਤ ਹੈ ਜੀ ਜੋ ਸਾਡੇ ਗ੍ਰੰਥਾਂ ਦੇ ਵਿੱਚ ਇਹ ਦਰਜ ਹੈ ਹਜ਼ਾਰਾਂ ਸਾਲ ਪਹਿਲਾਂ ਇਹ ਸਾਨੂੰ ਮਿਲੀ ਹੋਈ ਇੱਕ ਦਿਵਯੋਸ਼ਧੀ ਹੈ ਹਾਂਜੀ ਔਰ ਤੁਹਾਨੂੰ ਬਾਈ ਜੀ ਹੋਰ ਇੱਕ ਸਭ ਤੋਂ ਵੱਡੀ ਇੱਕ ਜਾਣਕਾਰੀ ਦੱਸ ਦਈਏ ਹਾਂਜੀ ਵੀ ਜੋ ਅਮਰਤ ਹੁੰਦਾ ਹੈ ਅਮਰਤ ਦੇ ਵਿੱਚ 6 ਤਰ੍ਹਾਂ ਦੇ ਰਸ ਹੁੰਦੇ ਨੇ ਔਰ ਕਲੀਲ ਲਸਣ ਦੇ ਵਿੱਚ 5 ਨੇ ਬਾਈ ਜੀ ਜੀ ਇੱਕ ਖੱਟ ਰਸ ਲਸਣ ਦੇ ਵਿੱਚ ਨਹੀਂ ਹੈ ਜੀ ਔਰ ਖੱਟ ਰਸ ਜੇਚ ਹੁੰਦਾ ਤਹੀ ਅਮਰਤ ਹੋਣਾ ਸੀ ਜੀ ਤਾਂ ਪੰਜ ਗੁਣ ਹੁੰਦੇ ਹੋਣ ਦੇ ਬਾਵਜੂਦ ਇਸ ਨੂੰ ਗਰੀਬਾਂ ਦੀ ਕਸਤੂਰੀ ਕਿਹਾ ਗਿਆ ਹੈ ਜੀ ਬਿਲਕੁਲ ਜੀ ਗਰੀਬਾਂ ਦੀ ਕਸਤੂਰੀ ਹੈ ਕਸਤੂਰੀ ਵੀ ਇਸ ਨੂੰ ਹਰ ਇੱਕ ਬੰਦਾ ਕਸਤੂਰੀ ਤਗੜੇ ਲੋਕਾਂ ਦੀ ਖਰਾਕ ਹੈ ਇਹ ਗਰੀਬਾਂ ਦੀ ਖਰਾਕ ਹੈ ਵੀ ਜੋ ਗੰਧ ਆਉਂਦੀ ਹੈ ਹਾਂ ਜੀ ਕਿਉਂ ਮਾਨ ਸਾਹਿਬ ਨੇ ਤਾਂ ਆਪਦੇ ਇੱਕ ਗਾਣੇ 'ਚ ਵੀ ਕਿਹਾ ਸੀ ਹੂੰ ਕਿਉਂ ਜਿਉ ਹੁੰਦਾ ਗੁਣਕਾਰੀ ਜਿਉ ਹੁੰਦਾ ਗੁਣਕਾਰੀ ਬਦਬੋਲਾ ਸੰਦੀ ਗੰਡੀ ਇਹ ਜ ਇਹਦੀ ਬਦਬੋ ਦੇ ਵਿੱਚ ਵੀ ਗੁਣ ਨੇ ਜੀ ਹਾਂਜੀ ਪਰ ਇਹ ਵਾਜੀ ਸਾਨੂੰ ਬਹੁਤ ਜ਼ਰੂਰੀ ਖਾਣੇ ਚਾਹੀਦੇ ਨਹੀਂ ਤੇ ਕਿਉਂਕਿ ਖਾਸ ਕਰਕੇ ਬਲੱਡ ਪ੍ਰੈਸ਼ਰ ਸ਼ੂਗਰ ਵਸਤੇ ਇਹ ਬਹੁਤ ਹੀ ਤੇ ਪੇਟ ਦੀਆਂ ਬਿਮਾਰੀਆਂ ਬੈਜੀ ਜੀ ਜੀ ਸਵੇਰੇ ਉੱਠ ਕੇ ਜਿਵੇਂ ਲਸਣ ਦੀ ਆਪਾਂ ਸਵੇਰ ਖਾਲੀ ਪੇਟ ਖਾਲੀ ਕਬਸੂਨ ਖਾਣਾ ਹੀ ਖਾਣਾ ਹੈ ਜੀ ਕਿਉਂ ਖਾਣਾ ਹੈ ਜੀ ਤਾਂ ਕਿ ਉਹਦੀ ਸਾਡੀ ਪੇਟ ਦੀ ਜੜ ਰਗਣੀ ਹੈ ਜਿਹੜੀ ਉਹ ਮੰਦ ਬਹੁਤ ਜ਼ਿਆਦਾ ਮੰਦ ਹੋ ਚੁੱਕੀ ਹੈ ਜਿਹਦੇ ਕਰਕੇ ਸਾਨੂੰ ਅ ਡੇਲੀ ਡੇਲੀ ਸਪੋਰਟ ਲੈਣੀ ਪੈਂਦੀ ਹੈ ਬਿਲਕੁਲ ਜੀ ਤਾਂ ਕਰਕੇ ਸਾਡੇ ਖਾਣਾ ਵੀ ਹਜਮ ਨਹੀਂ ਆ ਰਿਹਾ ਤਾਂ ਦੱਸੋ ਫਿਰ ਅਸੀਂ ਕੀ ਕਰਾਂਗੇ ਜੇ ਜੇ ਖਾਣਾ ਹੀ ਹਜਮ ਨਹੀਂ ਆ ਰਿਹਾ ਤਾਂ ਉਹਤੋਂ ਰਸ ਕਿਵੇਂ ਪੈਦਾ ਹੋਣਗੇ ਰਸ ਨਹੀਂ ਹੋਣਗੇ ਤਾਂ ਬਲੱਡ ਕਿਵੇਂ ਪੈਦਾ ਹੋਊ ਬਿਮਾਰੀਆਂ ਨਾਲ ਜਿਵੇਂ ਜਿਵੇਂ ਖਾਣੇ ਨੂੰ ਪਚਾਉਣ ਵਾਸਤੇ ਵੀ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਤਾਂ ਸਾਡੇ ਦੇਹਤਾ ਇਹ ਬਹੁਤ ਬੜੀ ਸਾਡੇ ਆਉਣ ਵਾਲੀ ਪੀੜ੍ਹੀ ਵਾਸਤੇ ਜਵਾਨਾਂ ਵਾਸਤੇ ਤਾਂ ਬਹੁਤ ਹੀ ਇਹ ਖੜਮ ਆ ਗਈ ਖਤਰਨਾਕ ਸਮਾਂ ਬਿਲਕੁਲ ਜੀ ਸੋਨੂੰ ਫਿਰ ਖਾਣ ਦਾ ਤਰੀਕਾ ਜਿਹੜਾ ਹੀ ਕਿਉਂਕਿ ਖਾ ਤਾਂ ਵਰਤ ਤਾਂ ਸਾਰੇ ਰਹੇ ਨੇ ਪਰ ਮੇਰੇ ਖਿਆਲੇ ਵੀ ਸਹੀ ਤਰੀਕਾ ਜਿਹੜਾ ਇਹ ਲਸਣ ਨੂੰ ਖਾਣ ਦਾ ਉਹ ਬਾਤ ਬਹੁਤ ਘਟ ਜਾਣ ਦੇ ਹਾਂਜੀ ਤੇ ਭਾਈ ਜੀ ਜਿਹੜਾ ਸਵੇਰ ਵੇਲੇ ਖਾਲੀ ਪੇਟ ਹੈ ਜਿਨ੍ਹਾਂ ਦੀ ਜਟਰਾਗਣੀ ਬਹੁਤ ਜ਼ਿਆਦੇ ਤੇਜ਼ ਹੈ ਉਹ ਸਵੇਰ ਖਾਲੀ ਕੋਈ ਵੀ ਲਸਣ ਮਿਲ ਜੇ ਬੇਸਤ ਮੁੱਲ ਦੇ ਬਹੁਤ ਕਿਸਮਾਂ ਨੇ ਲਸਣਾਂ ਦੀਆਂ ਉਹ ਵੀ ਆਪਾਂ ਚਰਚਾ ਕਰਾਂਗੇ ਤੇ ਦੱਸਾਂਗੇ ਦਿਖਾਵਾਂਗੇ ਹਾਂਜੀ ਤੇ ਜੇ ਜੋ ਵੀ ਲਸਣ ਆਪਣੇ ਘਰ ਚ ਪਿਆ ਜੀ ਉਹੀ ਆਪਾਂ ਦੋ ਕਲੀਆਂ ਸਵੇਰ ਖਾਲੀ ਵੀ ਪੇਟ ਪਾਣੀ ਨਾਲ ਲੈ ਲਈਏ ਤਾਂ ਸਾਡੇ ਲਈ ਉਹ ਵੀ ਬਹੁਤ ਕੋਣਕਾਰੀ ਨੇ ਬੇਜੀ ਜੀ ਔਰ ਦੂਸਰਾ ਬੇਜੀ ਕੀ ਹੈ ਵੀ ਦਰਗੰਧ ਅਸੀਂ ਸੋਚਨੇ ਵੀ ਯਾਰ ਦਰਗੰਧ ਦਾ ਮੈਂ ਤਾਂ ਗਰਮੀ ਕਰਦਾ ਹੈ ਲਸਣ ਬਹੁਤ ਜ਼ਿਆਦਾ ਗਰਮੀ ਕਰਦਾ ਵੀ ਮੈਂ ਲਸਣ ਨਹੀਂ ਖਾ ਸਕਦਾ ਹਾਂਜੀ ਜਬ ਬਦਬੋ ਆਉਂਦੀ ਹੈ ਲਾ ਸੁੰਦੇ ਵਿੱਚ ਬਦਬੋ ਆਉਂਦੀ ਹੈ ਮੇਰੇ ਤਾਂ ਦੰਦਾ 'ਚ ਬਦਬੋ ਆਉਂਦੀ ਹੈ ਮੈਂ ਤਾਂ ਖਾਣਾ ਨਹੀਂ ਮੈਂ ਤਾਂ ਲੋਕ ਕਹਿੰਦੇ ਤੂੰ ਲਸਣ ਖਾਂਦਾ ਹੈ ਹਾਂਜੀ ਤਾਂ ਇਸ ਨੂੰ ਬਾਈ ਜੀ ਦਹੀਂ ਦੇ ਵਿੱਚ ਰਾਤ ਨੂੰ ਪਿਉਂਦੋ ਜਿੰਦਾਂ ਗੱਠੀਆਂ ਸੁਬਾ ਉੱਠ ਕੇ ਨਾਲ ਤਾਂ ਉਹ ਗਰਮੀ ਨਹੀਂ ਕਰਦਾ ਬਾਈ ਜੀ ਔਰ ਨਾਲੇ ਉਹਦੀ ਦੁਰਗੰਧ ਚਲੀ ਜਾਂਦੀ ਹੈ ਨਾਲੇ ਉਹਦੀ ਗਰਮੀ ਘਟ ਜਾਂਦੀ ਹੈ ਜੀ ਜੀ ਤਾਂ ਉਹ ਸਾਨੂੰ ਇੱਕ ਸਭ ਤੋਂ ਵੱਡਾ ਤਰੀਕਾ ਦਹੀਂ ਦੇ ਵਿੱਚ ਰਾਤ ਨੂੰ ਪਿਉਂਦੋ ਜੀ ਸਵੇਰੇ ਉੱਠ ਕੇ ਖਾ ਲਓ ਦਹੀਂ ਜਣੀ ਪਿਉਂੋ ਜਾਂ ਦੁੱਧ ਚ ਪਿਉਂਦੋ ਬਾਈ ਜੀ ਹਾਂ ਤਾ ਉਹਨੂੰ ਉਹ ਵੀ ਤੁਹਾਡੇ ਲਈ ਗੁਣ ਕਰੀਏ ਪਰ ਖਾਓ ਜੀ ਬਹਾਨਾ ਨਾ ਬਣਾਓ ਵੀ ਮੈਨੂੰ ਉਤੋਂ ਐ ਹੁੰਦਾ ਐ ਹੁੰਦਾ ਐ ਐਜ਼ ਮੈਡੀਸਨ ਜੇ ਡਾਈਟ ਰੂਪ ਚ ਨਹੀਂ ਲੈਣਾ ਮਨੂੰ ਤਾਂ ਬੈਡ ਰੂਪ ਚ ਲੋ ਜੀ ਔਰ ਉਹਦੀਆਂ ਦੋ ਤਿੰਨ ਖਲੀਆਂ ਸਵੇਰੇ ਉੱਠ ਕੇ ਹੋ ਸਕਦਾ ਹੈ ਪਹਿਲਾਂ ਲਸਣ ਆਪਦਾ ਹੀ ਲਗਾਇਆ ਜਾਵੇ ਇਹ ਸੁਝਾਅ ਹੈ ਮੇਰੇ ਆਪਦਾ ਨਿੱਜੀ ਹਾਂਜੀ ਵੀ ਕਿਉਂਕਿ ਸਾਨੂੰ ਪਤਾ ਹੈ ਵੀ ਅਸੀਂ ਬਹਿ ਤਾਂ ਹੁੰਦਾ ਹੀ ਇਹ ਆਰਗੇਨਿਕ ਹੈ ਚ ਪੈਂਦੇ ਕੁਛ ਨਹੀਂ ਹੈ ਜੀ ਹਾਂਜੀ ਇਹਦੀ ਗੁੜਾਈ ਮਿਹਨਤ ਭਾਲਦਾ ਜੇ ਅਸੀਂ ਉੱਤੇ ਮਿਹਨਤ ਕਰਾਂਗੇ ਗੁੜਾਈ ਕਰਾਂਗੇ ਗੁੱਡਣ ਕਰਨ ਨੂੰ ਸਾਡੇ ਬੀਜ ਨਹੀਂ ਬਾਈ ਜੀ ਗੁੜਾਈ ਕਰਨੀ ਪੈਂਦੀ ਹੈ ਹਾਂਜੀ ਬਾਈ ਜੀ ਅਸੀਂ ਡਾਕਟਰ ਹੋ ਕੇ ਆਪਣਾ ਆਏ ਸਾਲ ਹੀ ਅੱਧਾ ਏਕੜ ਤੋਂ ਉੱਪਰ ਉੱਪਰ ਆਪਾ ਆਪਣਾ ਆਪ ਦਾ ਬੀਜਾ ਜਾਂਦਾ ਜਿਹੜਾ ਕਿ ਆਪਣੇ ਆਪ ਦੇ ਕੰਮ ਚ ਆਉਂਦਾ ਤਾਂ ਉਹਦੀ ਚਲੋ ਮਲਚਿੰਗ ਕਰ ਲੋ ਜਾਂ ਗੜਾਈ ਕਰੋ ਤਾਂ ਜ਼ਿਆਦਾ ਵਧੀਆ ਹਾਂਜੀ ਤਾਂ ਅਸੀਂ ਉਹ ਚੀਜ਼ਾਂ ਨੂੰ ਅਪਣਾਈਏ ਫਿਰ ਅੱਗੇ ਦੀਆਂ ਬਾਈ ਜੀ ਕਿਸਮਾ ਜਿਵੇਂ ਆ ਜਾਂਦੀਆਂ ਨਹੀਂ ਅ ਇਹ ਇੱਕ ਮੈਡੀਸਨ ਦੇ ਰੂਪ ਚ ਆਉਂਦਾ ਹੈ ਜੀ ਜੀ ਇਹਨੂੰ ਹਿਮਾਚਲੀ ਹਸਨ ਕਹਿੰਦੇ ਨੇ ਜੀ ਜੀ ਔਰ ਇਹ ਜੋਇੰਟ ਪੇਨ ਦੀ ਬਹੁਤ ਹੀ ਗੋਡੇ ਦੁਖਦੇ ਨੇ ਠੋਹੀ ਦੁਖਦੀ ਹੈ ਇੱਕ ਮੈਡੀਸਨ ਰੂਪ ਦੇ ਵਿੱਚ ਕੰਮ ਕਰਦਾ ਹੈ ਜੀ ਜੀ ਔਰ ਇਹ ਦੇਖੋ ਜੀ ਕੁਦਰਤ ਬਾਈ ਜੀ ਇਹ ਲਸਣ ਆ ਸੀਡ ਐ ਇਹ ਲਸਣ ਹੈ ਜੀ ਇਸੇ ਦਾ ਜੀ ਪਹਿਲੀ ਵਾਰ ਕਿਸੇ ਚੀਜ਼ ਦਾ ਸੀਡ ਐ ਬਹੁਤ ਵੱਡਾ ਹੈ ਉਹਦਾ ਫਲ ਫਲ ਛੋਟਾ ਜੀ ਫਲ ਛੋਟਾ ਹੈ ਇਹ ਜੋ ਉਨੇ ਹੀ ਗੋਲ ਨਹੀਂ ਇਸ ਇੱਕ ਦੇ نیچے ਇਹ ਦੋ ਜਾਂ ਤਿੰਨ ਲੱਗਣਗੇ ਜੀ ਇਹ ਅੱਗੇ ਲਈ ਫਿਰ ਅੱਗੇ ਸੀਡ ਫਿਰ ਤਿਆਰ ਹੋ ਜਾਣਾ ਸਾਨੂੰ ਇਹ ਸਾਡੇ ਲਈ ਮੈਂਸਨ ਰੂਪ ਸਾਨੂੰ ਲਸਣ ਰੂਪੀ ਚ ਆ ਗਿਆ ਜੀ ਜਿਹੜਾ ਕਿ ਅਸੀਂ ਇਹ ਵੀ ਦੋ ਤਿੰਨ ਗੱਠੀਆਂ ਸਵੇਰੇ ਸ਼ਾਮ ਨੂੰ ਜਦ ਸਵੇਰੇ ਇੱਕ ਟਾਈਮ ਅਸੀਂ ਖਾ ਸਕਦੇ ਹਾਂ ਖਾਲੀ ਪੇਟ ਖਾ ਸਕਦੇ ਹਾਂ। ਔਰ ਇਹ ਅਗੇ ਫਿਰ ਬਹੁਤ ਜ਼ਿਆਦਾ ਮੈਡੀਸਨ ਰੋਕ ਚ ਕੰਮ ਕਰਦਾ ਹੈ। ਔਰ ਇਹ ਵਈ ਜੀ ਇੱਕ ਬਿਲਕੁਲੀ ਆ ਪਿਆਜ਼ ਦੀ ਤਰ੍ਹਾਂ ਹਾਂਜੀ ਇਹ ਇੱਕ ਨਾਲ ਹੈ ਇਹਦੇ ਵਿੱਚ ਮਨੋ ਅਲੱਗ ਕਲੀਆਂ ਨਹੀਂ ਹੈ। ਇਹਦੇ ਵਿੱਚ ਹੋਰ ਜ਼ਿਆਦਾ ਗੁਣ ਆਗੇ ਜੀ। ਵੀ ਤੁਸੀਂ ਇਸ ਨੂੰ ਬਿਲਕੁਲ ਹੀ ਕੁਦਰਤ ਨੇ ਇਹਨੂੰ ਇਕੱਠਾ ਕੀਤਾ ਹੋਇਆ ਹੈ। ਹਾਂਜੀ। ਇਹ ਉਹੀ ਜਿਹਨੂੰ ਇੱਕ ਨਲੀ ਵਾਲਾ ਕਹਿੰਦੇ ਨੇ। ਇੱਕ ਨਲੀ ਵਾਲਾ ਜੀ। ਤਾਂ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਗੁਣ ਨੇ ਭਾਈ ਜੀ। ਠੀਕ। ਕਿਹੜੇ ਨੇ ਇਹਦੇ ਵਿੱਚ? ਔਰ 슈ਗਰ ਦੇ ਪੇਸ਼ੈਂਟਾਂ ਲਈ। ਦਿਲ ਦੇ ਰੋਗਾਂ ਲਈ। ਕੋਲੇਸਟ੍ਰੋਲ ਲਈ। ਅਲਰਜੀ ਲਈ। ਔਰ ਪੇਟ ਦੀਆਂ ਤਕਰੀਬਨ ਅੰਤੜੀਆਂ ਦੇ ਰੋਗਾਂ ਵਾਸਤੇ, ਸਮੱਸਿਆਵਾਂ ਵਾਸਤੇ ਜਿਵੇਂ ਲਸਣ ਹੈ ਜਿਹੜਾ ਐਂਟੀ ਐਸਿਡ ਜਿਹਨੂੰ ਅਸੀਂ ਬੋਲੋ ਆਇਕਨ ਵੀ ਬਹੁਤ ਜ਼ਿਆਦਾ ਅ ਮੈਂ ਤਾਂ ਕੁਝ ਖਾਣਾ ਨਹੀਂ ਤਜਾਬ ਬਣ ਜਾਂਦਾ ਮੈਂ ਮਿੱਠਾ ਨਹੀਂ ਖਾਣਾ ਮੇਰੇ ਤਜਾਬ ਬਣ ਜਾਂਦਾ ਮੈਂ ਖੱਟਾ ਨਹੀਂ ਖਾਣਾ ਮੇਰੇ ਤਜਾਬ ਬਣ ਜਾਂਦਾ ਤਾਂ ਮੈਂ ਕੁਝ ਵੀ ਨਹੀਂ ਖਾਣਾ ਮੇਰੇ ਤਜਾਬ ਬਣ ਜਾਂਦਾ ਬਿਲਕੁਲ ਜੀ ਬਹੁਤ ਨੇ ਇਦਾਂ ਦੇ ਵੀ ਨਹੀਂ ਜੇ ਖਾਂਦੇ ਵੀ ਕੁਝ ਨਹੀਂ ਤਜਾਬੀ ਬਣੀ ਜਾਂਦਾ ਜੀ ਤਜਾਬ ਬਣੀ ਜਾਂਦਾ ਜੀ ਤਾਂ ਤਜਾਬ ਐਸਿਡ ਕੀ ਹੈ ਸਾਡੀ ਕੋਈ ਬਿਮਾਰੀ ਥੋੜੀ ਹੈ ਸਾਡੇ ਪੇਟ ਦੀ ਜਿਹੜੀ ਅਗਣੀ ਹੈ ਜਠੜਾਗਣੀ ਹੈ ਉਹ ਮੰਦ ਹੋ ਗਈ ਇੱਕ ਜੀ ਨੂੰ ਭੋਜਨ ਦੀ ਗਾਣ ਦੀ ਸ਼ਕਤੀ ਹੈ ਜਿਹੜੀ ਸਮਰਥਾ ਇਨਸਾਨ ਦੀ ਉਹ ਘਟ ਗਈ ਬਿਲਕੁਲ ਤਾਂ ਉਹਨੂੰ ਵਧਾਉਣ ਵਾਸਤੇ ਵੇ ਜੀ ਲਸਣ ਦਾ ਬਹੁਤ ਵੱਡਾ ਯੋਗਦਾਨ ਹੈ ਇਹਨੂੰ ਵੀ ਉਸੇ ਤਰੀਕੇ ਵਰਤਿਆ ਜਾਂਦਾ ਹੈ ਇਸ ਰੋਸੇ ਵਰਤਿਆ ਜਾਂਦਾ ਹੈ ਔਰ ਸਭ ਤੋਂ ਵੱਡਾ ਵਧੀਆ ਤਰੀਕਾ ਕੀ ਹੈ ਅਗਰ ਤੁਸੀਂ ਨਹੀਂ ਲੈਣਾ ਤਾਂ ਫੂਡ ਦੇ ਵਿੱਚ ਹੀ ਇਹਨੂੰ ਵਰਤ ਲਓ ਜੀ ਖੁਰਾਕ ਦੇ ਵਿੱਚ ਅਸੀਂ ਲਸਣ ਅ ਬੰਦ ਮਾਤਰਾ ਦੇ ਵਿੱਚ ਜਿੰਨਾ ਹੈ ਇਹ ਦੇਖ ਲਈਏ ਵੀ ਪਰਵਾਰ ਦੇ 10 ਮੈਂਬਰਾਂ ਤਾਂ ਅਸੀਂ 20 ਗੱਠੀਆਂ ਦਾ ਘਟੂ-ਘਟ ਪਾਈਏ ਚ ਦੋ ਗੱਠੀਆਂ ਤਾਂ ਸਾਨੂੰ ਇੱਕ ਵਾਰ ਚਾਉਣਾ ਜੀ ਸਾਡੇ ਕੋਲ ਡੋਜ਼ ਅਗਰ ਉਹਦੀ ਡੋਜ਼ ਸਹੀ ਹੈ ਤਾਂ ਡੋਜ਼ ਵੀ ਇਹਦਾ ਸਭ ਤੋਂ ਵੱਡਾ ਕਾਰਨ ਹੈ ਲਸਣ ਜੇ ਉਹਦੀ ਸਹੀ ਡੋਜ਼ ਨਹੀਂ ਪਦਾ ਹੋਊਗੀ ਤਾਂ ਫਿਰ ਸਾਨੂੰ ਉਹਦਾ ਜਿਹੜਾ ਰਿਜ਼ਲਟ ਹੈ ਸਹੀ ਨਹੀਂ ਮਿਲ ਪਊਗਾ ਬਿਲਕੁਲ ਤੇ ਤਾਂ ਕਰ ਕੇ ਲਸਣ ਦਾ ਵਾਜੀ ਹਾਂ ਇਹਨਾਂ ਚੀਜ਼ਾਂ ਤੋਂ ਜੇ ਅਸੀਂ ਦਵਾਈਆਂ ਕੱਢਣੀਆਂ ਨੇ ਤਾਂ ਤੁਹਾਨੂੰ ਲਸਣ ਤਾਂ ਖਾਣਾ ਪੈਣਾ ਹੀ ਪੈਣਾ ਹੈ ਬਿਲਕੁਲ ਔਰ ਫਿਰ ਸਭ ਤੋਂ ਵੱਡਾ ਇੱਕ ਅਸੀਂ ਇਹਨੂੰ ਪ੍ਰੋਸੈਸ ਕਰਦੇ ਹਾਂ ਜੀ ਇਹਨਾਂ ਸਾਰੀਆਂ ਨੂੰ ਸਾਈਡ ਤੇ ਰੱਖ ਕੇ ਹਾਂਜੀ ਆਮ ਅਸੀਂ ਤੜਕੇ ਦੇ ਵਿੱਚ ਲਸਣ ਜਿਹੜੀ ਖਾਣ ਦਾ ਰੂਪ ਹੈ ਫੂਡ ਦੇ ਰੂਪ ਵਿੱਚ ਬਲੈਕ ਹੀ ਹੈ ਹੂੰ ਤਾਂ ਬਲੈਕ ਲਸਣ ਨੂੰ ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੇ ਸੁਣਿਆ ਹੋਣਾ ਜੀ ਬਿਲਕੁਲ ਜੀ ਕਿਉਂਕਿ ਅਸੀਂ ਇੱਕ ਹੋਰ ਪ੍ਰੋਸੈਸ ਕੀਤਾ ਜੀ ਜਿਹੜੀ ਕਿ ਉਹਦੇ ਗੁਣਾ ਬਾਰੇ ਇਹਨ ਲਸਣ ਨੂੰ ਬ੍ਰਦੀ ਕੀਤੀ ਹੈ ਜੀ ਵੀ ਜਿਨ੍ਹਾਂ ਨੂੰ ਬਹਾਨੇ ਸੀ ਵੀ ਜੀ ਮੈਂ ਤਾਂ ਲਸਣ ਖਾਣਾ ਨਹੀਂ ਇਹ ਬਦਬੂ ਆਉਂਦੀ ਹੈ ਜੀ ਮੈਨੂੰ ਗਰਮੀ ਕਰਦਾ ਜੀ ਮੈਂ ਤਾਂ ਖਾਦਾ ਨਹੀਂ ਜਾਂਦਾ ਜੀ ਅਸੀਂ ਉਹਨਾਂ ਨੂੰ ਇੱਕ ਪ੍ਰੋਸੈਸ ਕਰਕੇ ਜੀ ਇਹ ਲਾ ਸੋਨੂੰ ਫਿਰ ਅਸੀਂ ਬਲੈਕ ਕੀਤਾ ਜੀ ਬਲੈਕ گارਲਿਕ ਮੈਡੀਸਨ ਰੂਪ ਦੇ ਵਿੱਚ ਫੂਡ ਦੇ ਰੂਪ ਦੇ ਵਿੱਚ ਜਿਹੜੇ ਬਹਾਨਾਵਾਜੀ ਸੀ ਅਸੀਂ ਉਹਨੂੰ ਬਾਈ ਜੀ ਬਹੁਤ ਹਟਾਤੀ ਹਟਾਤੀ ਵੀ ਲਾ ਖਾ ਲੋ ਸੋਨੂੰ ਅਸੀਂ ਇੱਕ ਇਸ ਰੂਪ ਚ ਦੇਣਾ ਕੈਂਡੀ ਰੂਪ ਚ ਵੀ ਜਿਹੜਾ ਤੁਸੀਂ ਖਾ ਲੋ ਉਹਦੇ ਗੁਣ ਵਧਾ ਕੇ ਜੀ ਫਿਰ ਅਸੀਂ ਬਾਈ ਜੀ ਉਹਨੂੰ 21 ਤੋਂ 28 ਦਿਨ ਪ੍ਰੋਸੈਸ ਹੁੰਦਾ ਹੈ ਉਹ ਕਿਉਂਕਿ ਉਹਦੇ ਗੁਣ ਵੱਧ ਗਏ ਜੀ ਬਹੁਤ ਜ਼ਿਆਦਾ ਗੁਣ ਵੱਧ ਗਏ ਜੀ ਤੇ ਉਹ ਪਹਿਲਾਂ ਤਾਂ ਤੁਹਾਨੂੰ ਬਾਈ ਜੀ ਨੂੰ ਮੈਂ ਕਹਿਣਾ ਵੀ ਤੁਸੀਂ ਇੱਕ ਵਾਰ ਪਹਿਲਾਂ ਕਾਲਾ ਲਸਣਾ ਦਿਖਾਇਆ ਜਾਵੇ ਹਾਂਜੀ ਵੀ ਇਹ ਬਿਲਕੁਲ ਕਾਲਾ ਲਸਣਾ ਜੀ ਇਹ ਇਹਨਾਂ ਦੇ ਵਿੱਚੋਂ ਕਿਹੜਾ ਪ੍ਰੋਸੈਸ ਕੀਤਾ ਹੋਇਆ ਜੀ ਹਾਂ ਇਹਦੇ ਦੇ ਚੋਂ ਇਹ ਉਟੀ ਵਾਲਾ ਲਸਣ ਜੀ ਜਿਹੜਾ ਕਿ ਬਹੁਤ ਫੇਵਰਟ ਹੈ ਜੀ ਇਹ ਇਹ ਪ੍ਰੋਸੈਸ ਕਰਕੇ ਫਿਰ ਇਹ ਪ੍ਰੋਸੈਸ ਕਰੀਤਾ ਜੀ ਔਰ ਇਹ ਕਾਲਾ ਲਸਣ ਦੇ ਬਹੁਤ ਜ਼ਿਆਦਾ ਐਂਟੀਆਕਸੀਡੈਂਟ ਬਹਜ ਜਾਂਦੇ ਨੇ ਜੀ ਬਹੁਤ ਜ਼ਿਆਦਾ ਜਿਹੜੇ ਸਾਡੇ ਰੋਗਾਂ ਨਾਲ ਲੜਨ ਦੀ ਤਾਕਤ ਰੱਖਦੇ ਨੇ ਜੀ ਕਿਉਂ ਇਹਦੇ ਬਾਰੇ ਜਿੱਤੇ ਆਪਾਂ ਦੁਬਾਰੇ ਅ ਨਵੀਂ ਵੀਡੀਓ ਜਦੋਂ ਆਪਾਂ ਕੀਤੀ ਤਾਂ ਫਿਰ ਉਹਦੇ ਚ ਆਪਾਂ ਕਾਲੇ ਲਸਣ ਦੇ ਗੁਣਾਂ ਜੀ ਬਹੁਤ ਮੁਖਿਆਨ ਕਰਾਂਗੇ ਜੀ ਜੀ ਔਰ ਫਿਰ ਇਹਦੇ ਬਾਰੇ ਬਈ ਜੀ ਆਪਾਂ ਇੱਕ ਦਿਨ ਵਿਸ਼ੇਸ਼ ਹੀ ਸਾਰਾ ਕਲਾ ਕਾਲੇ ਲਸਣ ਦੇ ਉੱਤੇ ਹੀ ਜੀ 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 ਹਾਂ ਕਰਾਂਗੇ ਕਿਉਂਕਿ ਇਹਨਾਂ ਦੇ ਕੋਲ ਬਹੁਤ ਜ਼ਿਆਦਾ ਗੁਣ ਨੇ ਜੀ ਜੀ ਤੇ ਜਿਹਦੇ ਕਰਕੇ ਬਈ ਜੀ ਆ ਖਾਓ ਜਿਹੜਾ ਮਰਜੀ ਖਾਓ ਅਸੀਂ ਤੁਹਾਡੀ ਸੇਵਾ ਚ ਹਾਜ਼ਰ ਹਾਂ ਕੋਈ ਨਾ ਕੋਈ ਖੋਜਾ ਕਰੀ ਜਾ ਰਹੇ ਹਾਂ ਹਾਂਜੀ ਵੀ ਤਾਂ ਕਿ ਲੋਕਾਂ ਨੂੰ ਲਸਣ ਦੇ ਗੁਣਾ ਬਾਰੇ ਪਤਾ ਲੱਗ ਸਕੇ ਜੀ ਸਭ ਤੋਂ ਵੱਧ ਫਾਇਦੇ ਪਤਾ ਲੱਗ ਸਕੇ ਇਹਦੇ ਫਾਇਦੇ ਉਠਾ ਸਕੀਏ ਤੇ ਤੰਦਰੁਸਤ ਰਹਿਣ ਜੀ ਤੰਦਰੁਸਤ ਰਹਿ ਬਿਲਕੁਲ ਜੀ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਬੈਜ ਜੀ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਅਗਲੀ ਵਾਰੀ ਆਪਾਂ ਜਿਹੜੀ ਗੱਲਬਾਤ ਆਪਣੀ ਦੇ ਲਈ ਦੀ ਕਾਲੇ ਰਸਨ ਤੇ ਉਹਦੇ ਤੇ ਗੱਲਬਾਤ ਕਰਾਂਗੇ ਤੇ ਦੱਸਾਂਗੇ ਸਾਡੇ ਸਮਾਜ ਨੂੰ ਕਿ ਇਹ ਸਾਨੂੰ ਕਿਉਂ ਵਰਤਣੇ ਚਾਹੀਦੇ ਨੇ ਧੰਨਵਾਦ ਜੀ ਤੁਹਾਡਾ ਬੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅਗਲੀ ਵਾਰੀ ਆਪਾਂ ਅਗਲੀ ਵੀਡੀਓ ਦੇ ਵਿੱਚ ਆ ਜਿਹੜਾ ਕਾਲਾ ਲਸਣ ਹੈ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਅੱਜ ਦਿਓ ਸਾਨੂੰ ਇਜਾਜ਼ਤ ਅਗਲੀ ਵਾਰੀ ਆਪਾਂ ਫਿਰ ਕਿਸੇ ਹੋਰ ਵੀਡੀਓ ਤੇ ਮਿਲਾਂਗੇ ਮੈਨੂੰ ਤੇ ਮੇਰੇ ਕੈਮਰਾਮੈਨ ਰਾਜਕਮਰ ਹੁੰਦੇ ਹੋ ਆ ਗਿਆ ਸਤਿ ਸ੍ਰੀ ਅਕਾਲ